ਅਹੁਦਾ ਛੱਡਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਜੀ ਪ੍ਰੈਸ ਕਾਨਫਰੰਸ ਦੌਰਾਨ ਕੀ ਕਹਿ ਰਹੇ ਆ, ਆਓ ਦੇਖਦੇ। ਸਭ ਤੋਂ ਪਹਿਲਾਂ ਤਾਂ ਮੈਂ ਮਾਨਯੋਗ ਸਿੰਘ ਸਾਹਿਬ, ਗਿਆਨੀ ਰਘਵੀਰ ਸਿੰਘ ਜੀ ਜਿਨ੍ਹਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਰਹਿੰਦੇ ਹਾਂ ਬੜਾ ਪਿਆਰ ਬਖਸ਼ਿਆ, ਅੱਜ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਤੌਰ ਜਥੇਦਾਰ ਸੇਵਾ ਸੌਂਪੀ ਗਈ ਹੈ ਅਤੇ ਮੈਂ ਉਹਨਾਂ ਨੂੰ ਬਹੁਤ 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 ਇਸ ਸੇਵਾ ਲਈ ਵਧਾਈ ਦਿੰਦਾ ਔਰ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਕਿ ਉਹਨਾਂ 'ਤੇ ਮਿਹਰ ਭਰਿਆ ਹੱਥ ਰੱਖਣ ਔਰ ਇਸੇ ਤਰ੍ਹਾਂ ਹੀ ਨਿਰਭੈਤਾ ਨਿਡਰਤਾ ਦੇ ਨਾਲ ਪਰਮੇਸ਼ਵਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਬਤੌਰ ਸੇਵਾ ਵਜੋਂ ਸੇਵਾਦਾਰ ਵਜੋਂ ਉਹਨਾਂ ਪਾਸੋਂ ਸੇਵਾਵਾਂ ਲੈਂਦੇ ਰਹਿਣ। ਮੈਂ ਪੌਣੇ ਕੁ 5 ਸਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਦੇ ਨਾਲ ਨਾਲ ਬਤੌਰ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸੇਵਾਵਾਂ ਨਿਭਾਈਆਂ ਨੇ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਤਰੁੱਠ ਕੇ ਮੇਰੇ 'ਤੇ ਮਿਹਰ ਭਰਿਆ ਹੱਥ ਰੱਖ ਕੇ ਮੇਰੇ ਪਾਸੋਂ ਸੇਵਾ ਲਈ ਹੈ। ਜਿੰਨੀ ਕੁ ਸੇਵਾ ਉਹਨਾਂ ਨੇ ਲਈ ਹੈ ਮੈਂ ਕੀਤੀ ਹੈ ਔਰ ਉਹਨਾਂ ਨੇ ਮੈਨੂੰ ਨਿਰਭੈਤਾ ਬਖਸ਼ੀ ਹੈ, ਨਿਰਪੱਖਤਾ ਬਖਸ਼ੀ ਹੈ ਔਰ ਮੈਂ ਆਪਣੀ ਜਿਹੜੀ ਸੇਵਾ ਹੈ ਉਹ ਨਿਰਭੈਤਾ ਅਤੇ ਨਿਰਪੱਖਤਾ ਦੇ ਨਾਲ ਜਿਹੜੀ ਹੈ ਉਹ ਕੀਤੀ ਹੈ। ਇਸ ਗੱਲ ਦੀ ਮੈਨੂੰ ਖੁਸ਼ੀ ਹੈ ਔਰ ਮੈਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਅਕਾਲ ਪੁਰਖ ਦਾ ਇਸ ਗੱਲੋਂ ਮੈਂ ਬਹੁਤ 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 ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਇਸ ਸੇਵਕ ਦੀ ਪੌਣੇ 5 ਸਾਲ ਦੌਰਾਨ ਪੱਤ ਰੱਖੀ ਹੈ ਅਤੇ ਅੱਗੇ ਨੂੰ ਵੀ ਅਕਾਲ ਪੁਰਖ ਪੱਤ ਰੱਖੇਗਾ। ਇੱਜ਼ਤ ਸਿੰਘ ਸਾਹਿਬ, ਸਵੈ ਇੱਛਾ ਨਾਲ ਤੁਸੀਂ ਸੇਵਾ ਛੱਡੀ ਸੀ ਜਾਂ ਵਾਪਸ ਲਈ ਗਈ ਹੈ? ਦੇਖੋ ਗੱਲ ਇਹ ਹੈ ਵੀ 2 ਤਖ਼ਤਾਂ ਦੀ ਸੇਵਾ ਸੀ ਮੇਰੇ ਕੋਲ, ਤਖ਼ਤ ਸ੍ਰੀ ਦਮਦਮਾ ਸਾਹਿਬ ਦੀ, ਅਤੇ ਮੈਂ ਜਦੋਂ ਆਸਟ੍ਰੇਲੀਆ ਗਿਆ ਅਤੇ ਮੈਂ ਉਸ ਵਕਤ ਜਿਹੜੇ ਸਾਡੇ ਚੀਫ ਸੈਕਟਰੀ ਆ ਉਹਨਾਂ ਨੂੰ ਬੁਲਾ ਕੇ ਕਹਿ ਦਿੱਤਾ ਸੀ ਕਿ ਮੈਂ ਜਿਹੜਾ ਹੁਣ ਸੇਵਾ ਤੋਂ ਮੁਕਤ ਹੋਣਾ ਚਾਹੁੰਦਾ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੁੰਦੀ ਹੈ ਤਾਂ ਮੇਰੇ ਤੋਂ 2 ਤਖ਼ਤਾਂ ਦੀ ਸੇਵਾ ਜਿਹੜੀ ਹੈ ਉਹ ਲੈ ਕੇ ਕਿਸੇ ਯੋਗ ਗੁਰਸਿੱਖ ਨੂੰ ਸੌਂਪ ਸਕਦੀ ਹੈ। ਬਹੁਤ ਸਾਰੇ ਸਵਾਲ ਉੱਠਦੇ ਨੇ, ਰਾਗ ਕਰਕੇ ਵੀ ਹੋਇਆ ਜੀ, ਇਹਦੇ ਬਾਰੇ ਤੁਸੀਂ? ਨਹੀਂ, ਇਹਦੇ ਕਰਕੇ ਕੋਈ ਐਸੀ ਗੱਲ ਨਹੀਂ ਹੈ, ਨਾ ਹੀ ਕੋਈ ਵੱਡਾ ਇਸ਼ੂ ਸੀ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਕੀਤਾ ਹੈ ਉਹਨਾਂ ਨੇ ਆਪਣੇ ਹਿਸਾਬ ਨਾਲ ਠੀਕ ਕੀਤਾ, ਮੈਨੂੰ ਕੋਈ ਇਤਰਾਜ਼ ਨਹੀਂ। ਪੰਜਾਬ ਸਰਕਾਰ ਵੱਲੋਂ ਜੋ ਹੁਣ ਕੀਤਾ ਗਿਆ ਗੁਰਬਾਣੀ ਦੇ ਨਾਂ 'ਤੇ ਦਖਲ ਅਦਾਜੀ ਕਰਨ ਦੇ ਸਬੰਧ 'ਚ ਇੱਕ ਬਿੱਲ ਪਾਸ ਕੀਤਾ ਗਿਆ, ਉਹਦੇ ਬਾਰੇ ਕੀ ਕਹਿਣਾ? ਦੇਖੋ ਪੰਜਾਬ ਸਰਕਾਰ ਨੇ ਜਿਹੜਾ ਬਿੱਲ ਪਾਸ ਕੀਤਾ ਉਹ ਵੈਲਿਡ ਹੈ ਜਾਂ ਨਹੀਂ ਵੈਲਿਡ ਹੈ ਇਹ ਤਾਂ ਜਿਹੜੇ ਕਾਨੂੰਨ ਦੇ ਮਾਹਰ ਹੈ ਜਾਂ ਗੁਰਦੁਆਰਾ ਐਕਟ ਦੇ ਜਿਹੜੇ ਮਾਹਰ ਹੈ ਉਹ ਦੱਸ ਸਕਦੇ ਨੇ। ਪਰ ਮੈਂ ਇੰਨਾ ਜ਼ਰੂਰ ਕਹੂੰਗਾ ਕਿ ਸਾਨੂੰ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਬਣਨ ਤੋਂ ਗੁਰੇਜ਼ ਕਰਨਾ ਚਾਹੀਦਾ ਸੀ, ਰੋਕਣਾ ਚਾਹੀਦਾ ਸੀ, ਪ੍ਰਸਥਿਤੀਆਂ ਬਣਨੀਆਂ ਨਹੀਂ ਸੀ ਚਾਹੀਦੀਆਂ ਕਿ ਸਰਕਾਰ ਨੂੰ ਇਹ ਕੰਮ ਕਰਨ ਦੀ ਜਿਹੜੀ ਹੈ ਉਹ ਲੋੜ ਪਈ। ਇਹ 1925 ਜਿਹੜਾ ਗੁਰਦੁਆਰਾ ਐਕਟ ਹੈ ਉਹਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਗਿਆ, ਕਿਉਂਕਿ ਮਾਸਟਰ ਤਾਰਾ ਸਿੰਘ ਅਤੇ ਨਹਿਰੂ ਦੇ ਦਰਮਿਆਨ 1969 ਦੇ ਵਿੱਚ ਜਨਵਰੀ ਦੇ ਵਿੱਚ ਇੱਕ ਕੰਪਰੋਮਾਈਜ਼ ਹੋਇਆ ਸੀ ਜਿਹਨੂੰ ਮਾਸਟਰ ਤਾਰਾ ਸਿੰਘ ਨਹਿਰੂ ਪੈਕਟ ਕਹਿੰਦੇ ਆ। ਉਹਦੇ ਵਿੱਚ ਇਹ ਮੱਤ ਜਿਹੜੀ ਹੈ ਦਰਜ ਕੀਤੀ ਗਈ ਸੀ ਕਿ ਕੋਈ ਵੀ ਅਮੈਂਡਮੈਂਟ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ 'ਚ ਪਾਸ ਕੀਤੇ ਬਿਨਾਂ ਕੋਈ ਵੀ ਸਰਕਾਰ ਜਿਹੜੀ ਹੈ ਉਹ ਨਹੀਂ ਕਰ ਸਕਦੀ ਔਰ ਕਦੇ ਕੀਤੀ ਵੀ ਨਹੀਂ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ। ਪਹਿਲੀ ਵਾਰ ਹੋਇਆ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਹਰਿਆਣਾ ਸਰਕਾਰ ਨੇ ਬਣਾਈ, ਚਲੋ ਉਹਨਾਂ ਨੇ ਜਿਹੜਾ ਪੰਜਾਬ ਪੁਨਰਗਠਨ ਐਕਟ 1966 ਸੀਗਾ ਉਹਦੇ ਵਿੱਚ ਇੱਕ ਮੱਤ ਸੀਗੀ ਕਿ ਹਰਿਆਣਾ ਜਿਹੜੀ ਆਪਣੀ ਕਾਰਪੋਰੇਸ਼ਨ ਵੱਖਰੀ ਬਣਾ ਸਕਦੀ ਹੈ, ਉਸ ਨੇ ਉਸ ਮੱਤ ਦੇ ਹਵਾਲੇ ਦੇ ਨਾਲ ਜਿਹੜਾ ਆਪਣੀ ਵੱਖਰੀ ਕਮੇਟੀ ਬਣਾ ਲਈ। ਪਰ ਜਿਹੜਾ ਹਰਿਆਣੇ ਗੁਰਦੁਆਰਾ ਦਾ ਪ੍ਰਬੰਧ ਜਿਹੜਾ ਹੈਗਾ 1925 ਐਕਟ ਦੇ ਤਹਿਤ ਸ਼੍ਰੋਮਣੀ ਕਮੇਟੀ ਕਰ ਰਹੀ ਸੀ ਉਹ ਕਿਸੇ ਢੰਗ ਦੇ ਨਾਲ ਉਹ ਲੈ ਨਹੀਂ ਸੀ ਸਕਦੇ, ਕਿਉਂਕਿ 1925 ਐਕਟ ਦੇ ਤਹਿਤ ਹਰਿਆਣੇ ਦੇ ਗੁਰਦੁਆਰੇ ਜਿਹੜੇ ਹੈ ਉਹ ਨੋਟੀਫਾਈਡ ਹੈ ਔਰ ਜਿੰਨਾ ਚਿਰ ਉਹ ਡੀਨੋਟੀਫਾਈਡ ਨਹੀਂ ਹੁੰਦੇ ਉਹ ਪ੍ਰਬੰਧ ਜਿਹੜਾ ਉਹਨਾਂ ਦਾ ਇਨਲੀਗਲ ਹੈ ਔਰ ਡੀਨੋਟੀਫਾਈਡ ਗੁਰਦੁਆਰੇ ਕਰਨ ਦਾ ਅਧਿਕਾਰ ਜਿਹੜਾ ਹੈ ਉਹ ਭਾਰਤੀ ਸੰਸਦ ਕੋਲ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਪਰੀਮ ਕੋਰਟ ਦੇ ਵਿੱਚ ਇਹ ਅਪੀਲ ਪਾਉਣੀ ਚਾਹੀਦੀ ਹੈ ਕਿ ਜਿੰਨਾ ਚਿਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਗੁਰਦੁਆਰੇ ਹੈ ਉਹ ਜਦੋਂ ਡੀਨੋਟੀਫਾਈ ਨਹੀਂ ਹੋਏ, ਅਜੇ ਵੀ ਐਕਟ 1985 ਦੇ ਅੰਡਰ ਉਹ ਨੋਟੀਫਾਈ ਹੈ ਅਤੇ ਉਹ ਪ੍ਰਬੰਧ ਜਿਹੜਾ ਉਹ ਕਿਵੇਂ ਸੰਭਾਲ ਸਕਦੇ ਹੈ? ਤਾਂ ਮੈਂ ਸਮਝਦਾ ਕਿ ਮਾਸਟਰ ਤਾਰਾ ਸਿੰਘ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਜੋ ਉਸ ਵਕਤ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਦਾ ਜਿਹੜਾ ਪੈਕਟ ਸੀਗਾ ਹੋਇਆ ਕਿ ਸਰਕਾਰਾਂ ਜਿਹੜੀਆਂ ਇੰਟਰਵੀਨ ਨਹੀਂ ਕਰਨਗੀਆਂ ਧਾਰਮਿਕ ਮਾਮਲਿਆਂ 'ਚ, ਉਹਦੀ ਉਲੰਘਣਾ ਜਿਹੜੀ ਹੈ ਉਹ ਕਿਸੇ ਵੀ ਸਰਕਾਰ ਨੂੰ ਨਹੀਂ ਕਰਨੀ ਚਾਹੀਦੀ।
ਇਹਦੇ ਨਾਲ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਹੋ ਵਿਧਾਨ ਸਭਾ ਚ ਗੁਰੂ ਸਾਹਿਬ ਨੇ ਬਖਸ਼ੇ ਸਿੱਖੀ ਸਰੂਪ ਦਾ ਮਜ਼ਾਕ ਉਡਾਇਆ ਗਿਆ ਨਹੀਂ ਮੈਂ ਉਹ ਸੁਣਿਆ ਨਹੀਂ ਕੀ ਹੈ ਮੈਨੂੰ ਅਜੇ ਇਹਦੇ ਬਾਰੇ ਜਾਣਦਾ ਨਹੀਂ ਕਿ ਜਿਹੜੀ ਅਸੀਂ ਦਾੜੀਆਂ ਵਾਲਿਆਂ ਨਾਲੋਂ ਮੈਂ ਚੰਗਾ ਸੱਚਾ ਸੁੱਚਾ ਵਾਂ ਪਰ ਉਹਨਾਂ ਨਾਲ ਮੈਂ ਚੰਗਾ ਨਹੀਂ ਦੇਖੋ ਕਦੇ ਖੁੱਲੀ ਛੱਡ ਦਿੰਦੇ ਇਸ ਤਰ੍ਹਾਂ ਕਰਕੇ ਮਜ਼ਾਕ ਉਡਾਇਆ ਦੇਖੋ ਸਿੱਖ ਰਹਿਤ ਮਰਿਆਦਾ ਦੇ ਵਿੱਚ ਦੋ ਤਰ੍ਹਾਂ ਦੀ ਰਹਿਤ ਹੈ ਇੱਕ ਸਖਸ਼ੀ ਰਹਿਤ ਹੈ ਇੱਕ ਪੰਥਕ ਰਹਿਤ ਹੈ ਸਖਸ਼ੀ ਰਹਿਤ ਦੇ ਵਿੱਚ ਸਾਡਾ ਅਮਰਧਾਰੀ ਹੋਣਾ ਨਿਤਨਾਮੀ ਹੋਣਾ ਜਿਹੜਾ ਹੈਗਾ ਅਤੇ ਸਾਬਤ ਸੂਰਤ ਹੋਣਾ ਇਹ ਬੜਾ ਲਾਜ਼ਮੀ ਹੈ ਪੰਥਕ ਰਹਿਤ ਦੇ ਵਿੱਚ ਪੰਥ ਦਾ ਖਿਆਲ ਰੱਖਣਾ ਪੰਥ ਦੇ ਮਸਲਿਆਂ ਨੂੰ ਜਿਹੜਾ ਤਰਜੀਹ ਦੇਣੀ ਇਹ ਜਿਹੜਾ ਅਹਿਮ ਆਉਂਦਾ ਹੈ ਤਾਂ ਸਿੱਖ ਲਈ ਜਿਹੜਾ ਸਖਸ਼ੀ ਰਹਿਤ ਅਤੇ ਪੰਥਕ ਰਹਿਣੀ ਸਖਸ਼ੀ ਰਹਿਣੀ ਅਤੇ ਪੰਥਕ ਰਹਿਣੀ ਦੋਨੇ ਬੜੀਆਂ ਜ਼ਰੂਰੀ ਹੈ ਇਸ ਕਰਕੇ ਕਿਸੇ ਦਾ ਕਹਿਣਾ ਕਿ ਦਾੜੀ ਵਾਲਾ ਜਿਹੜਾ ਉਹ ਸਿੱਖ ਨਹੀਂ ਆ ਜਾਂ ਜਿਹੜਾ ਬਿਨਾਂ ਦਾੜੀ ਤੋਂ ਉਹੀ ਸਿੱਖ ਹੋ ਸਕਦਾ ਜਾਂ ਦਾੜੀ ਵਾਲੇ ਦੇ ਅੰਦਰ ਸਿੱਖੀ ਨਹੀਂ ਮੈਂ ਬੇਮਾਇਨੇ ਕਰਦਾ ਸਵਾਲ ਟਵੀਟ ਕਰ ਰਿਹਾ ਸਿੰਘ ਸਾਹਿਬ ਜ਼ਿਆਦਾਤਰ ਪ੍ਰਚਾਰ ਇਹ ਕੀਤਾ ਗਿਆ ਕਿ ਤੁਹਾਨੂੰ ਜਬਰੀ ਅਹੁਦੇ ਤੋਂ ਉਤਾਰਿਆ ਗਿਆ ਤੁਸੀਂ ਇੱਕ ਵਾਰੀ ਗੱਲ ਦੁਬਾਰਾ ਕਲੀਅਰ ਕਰੋ ਨਹੀਂ ਇੱਦਾਂ ਦੀ ਮੈਂ ਨਹੀਂ ਸਮਝਦਾ ਹੈਗਾ ਕਿਉਂਕਿ ਮੈਂ ਚੀਫ ਸੈਕਟਰੀ ਨੂੰ ਪਹਿਲੇ ਕਹਿ ਕੇ ਗਿਆ ਸੀਗਾ ਕਿ ਜੇ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਤਾਂ ਮੇਰੇ ਤੋਂ ਦੋਵੇਂ ਤਖਤਾਂ ਦੀ ਸੇਵਾ ਲੈ ਸਕਦੀ ਹੈ ਮੈਂ ਅੱਜ ਵੀ ਮਤਲਬ ਜੇ ਚਾਹੁੰਦੀ ਹੈ ਤਾਂ ਤਖਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਛੱਡਣ ਨੂੰ ਵੀ ਤਿਆਰ ਮੈਂ ਬਿਲਕੁਲ ਖੁਸ਼ ਹਾਂ ਜੀ ਔਰ ਅਕਾਲ ਪੁਰਖ ਦਾ ਧੰਨਵਾਦ ਅਕਾਲੀ ਲੀਡਰ ਪਹਿਲਾਂ ਤੁਹਾਡੇ ਖਿਲਾਫ਼ ਬਿਆਨਬਾਜ਼ੀ ਕਰਦਾ ਸੀ ਕੱਲ੍ਹ ਉਹਨੇ ਨਵੇਂ ਸਿੰਘ ਸਾਹਿਬ ਦੇ ਉੱਤੇ ਵੀ ਟਿੱਪਣੀ ਕੀਤੀ ਹੈ ਕਿਹੜੇ ਅਕਾਲੀ ਲੀਡਰ ਨੇ ਸਰਦਾਰ ਵਿਰਸਾ ਸਿੰਘ ਮਲਟੂਆ ਬਾਰ ਬਾਰ ਪਹਿਲਾਂ ਤੁਹਾਡੇ 'ਤੇ ਟਿੱਪਣੀਆਂ ਕਰਦੇ ਸੀ ਦੇਖੋ ਉਹਨੇ ਮੈਨੂੰ ਕਿਸੇ ਜਾਣਕਾਰੀ ਦਿੱਤੀ ਹੈ ਵੀ ਵਿਰਸਾ ਸਿੰਘ ਬਲਟੋਏ ਨੇ ਆਪਣੀ ਇੱਕ ਵਾਲ ਦੇ ਉੱਤੇ ਪਾਇਆ ਕਿ ਜਥੇਦਾਰ ਲਈ ਕਥਾਵਾਚਕ ਗ੍ਰੰਥੀ ਜਾਂ ਮਤਲਬ ਰਾਗੀ ਹੋਣਾ ਜਾਂ ਵਿਦਵਾਨ ਹੋਣਾ ਕੋਈ ਬਹੁਤਾ ਜ਼ਰੂਰੀ ਨਹੀਂ ਹੈ ਜਥੇਦਾਰ ਨੂੰ ਦਲੇਰ ਹੋਣਾ ਚਾਹੀਦਾ ਹੈ ਜਥੇਦਾਰ ਨੂੰ ਹਿੰਮਤ ਵਾਲਾ ਹੋਣਾ ਚਾਹੀਦਾ ਅਤੇ ਮੈਨੂੰ ਲੱਗਦਾ ਕਿ ਇਸ ਵਕਤ ਵਿਰਸਾ ਸਿੰਘ ਬਲਟੋਏ 'ਚ ਦਲੇਰੀ ਹਿੰਮਤ ਬਹੁਤ ਜ਼ਿਆਦਾ ਹੈ ਅਤੇ ਮੈਂ ਸ਼੍ਰੋਮਣੀ ਕਮੇਟੀ ਨੂੰ ਕਹੂੰਗਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਜਥੇਦਾਰ ਸੇਵਾ ਜਿਹੜੀ ਆ ਉਹ ਵਿਰਸਾ ਸਿੰਘ ਬਲਟੋਏ ਨੂੰ ਦੇ ਦੇ ਅਤੇ ਤਾਂ ਕਿ ਜਿਹੜਾ ਕੋਈ ਉਹਨਾਂ ਨੇ ਕਰਾਉਣਾ ਹੈਗਾ ਕਰਾਉਣੀ ਹੋਣੀ ਚਾਹੀਦੀ ਬਸ ਜੀ ਬਹੁਤ ਸਹਿਯੋਗ ਗੁਰੂ ਹਰਗੋਬਿੰਦ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਅਸੀਂ ਹਮੇਸ਼ਾ ਕਰਦੇ ਰਹਾਂਗੇ ਮੈਂ ਦਮਦਮਾ ਸਾਹਿਬ ਦੀ ਜਾਇਦਾਰੀ ਤੋਂ ਵੀ ਸੇਵਾ ਮੁਕਤ ਹੋ ਗਿਆ ਮੈਂ ਤਾਂ ਵੀ ਸੇਵਾ ਕਰਦੇ ਰਹਾਂਗੇ ਲੈ ਲੈਣ ਜੀ ਆਪਾਂ ਨੂੰ ਕੀ ਫਰਕ ਪੈਂਦਾ ਜੀ ਉਹਨਾਂ ਦੀ ਖੁਸ਼ੀ ਹੈ ਜੀ ਮੈਨੂੰ ਕਹਿ ਦੇਣਗੇ ਮੈਂ ਦੇ ਦਾਂਗਾ ਜੀ ਇੱਕ ਮਿੰਟ 'ਚ ਹੋਰ ਜੀ ਕੋਈ ਪੁੱਛਣਾ ਬਸ ਸਿੰਘ ਸਾਹਿਬ ਜਿਹੜਾ ਤੁਹਾਡਾ ਕਾਰਜ ਕਰ ਰਿਹਾ ਉਹਦੇ ਵਿੱਚ ਕਿੰਨੀਆਂ ਕੁ ਚੁਣੌਤੀਆਂ ਬੰਨੀਆਂ ਕਿੰਨੀਆਂ ਕੁ ਸਿਆਸੀ ਪਾਰਟੀਆਂ ਦਾ ਦਬਾਅ ਬੰਨਿਆ ਤੇ ਕਿੰਨੇ ਕੁ ਤੁਸੀਂ ਮੰਨਦੇ ਹੋ ਕਿ ਉਹ ਤੁਹਾਡੇ ਵਾਸਤੇ ਸੌਖਾ ਸੀ ਮੈਂ ਨਾ ਜੀ ਇੱਕ ਇੰਗਲੈਂਡ ਦੇ ਵਿੱਚ ਇੰਟਰਵਿਊ 'ਚ ਕਿਹਾ ਸੀ ਕਿ ਮੈਂ ਪ੍ਰੈਸ਼ਰ ਨਹੀਂ ਮੰਨਾਂਗਾ ਜਿੱਦੇ ਮੇਰੇ 'ਤੇ ਪ੍ਰੈਸ਼ਰ ਆਇਆ ਮੈਂ ਘਰੇ ਚੱਲ ਜਾਵਾਂਗਾ ਮੈਂ ਘਰੇ ਚਲਾ ਗਿਆ ਪ੍ਰੈਸ਼ਰ ਤਾਂ ਦੇਖੋ ਪ੍ਰੈਸ਼ਰ ਤਾਂ ਹੁੰਦਾ ਹੀ ਹੈ ਇੰਨੇ ਮਸਲੇ ਇੰਨੇ ਮੁੱਦੇ ਪ੍ਰੈਸ਼ਰ ਨਹੀਂ ਹੁੰਦਾ ਮੀਡੀਆ ਨੂੰ ਜਵਾਬ ਦੇਣਾ ਪ੍ਰੈਸ਼ਰ ਨਹੀਂ ਹੈ ਕਿਵੇਂ ਬਿਲਕੁਲ 100% 101% ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਧੰਨਵਾਦ ਕਰੂੰ ਦੇਖੋ ਅਸੀਂ ਮੈਂ ਆਪਣੀ ਜਿਹੜੀ ਐਜੂਕੇਸ਼ਨ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਵਿਦਿਆਲਿਆਂ 'ਚੋਂ ਕੀਤੀ ਹੈ ਗਿਆਨੀ ਮੇਵਾ ਸਿੰਘ ਜੀ ਪਿੰਡਰਾਲੇ ਨਾਲ ਰਹਿ ਕੇ ਮੈਂ ਉਹਨਾਂ ਤੋਂ ਵੀ ਵਿੱਦਿਆ ਹਾਸਲ ਕੀਤੀ ਹੈ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵੀ ਮੈਂ ਵਿੱਦਿਆ ਹਾਸਲ ਕੀਤੀ ਹੈ ਸਾਨੂੰ ਇੱਕ ਗੱਲ ਸਿਖਾਈ ਗਈ ਹੈ ਕਿਉਂਕਿ ਸ਼੍ਰੋਮਣੀ ਅਸੀਂ ਕਿਸੇ ਡੇਰੇ ਤੋਂ ਨਹੀਂ ਪੜ੍ਹੇ ਹਾਂ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਵਿਦਿਆਲਿਆਂ 'ਚੋਂ ਪੜ੍ਹੇ ਹਾਂ ਸਾਨੂੰ ਇੱਕ ਗੱਲ ਸਿਖਾਈ ਗਈ ਹੈ ਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਸਰਮੌਰ ਹੈ ਅੱਜ ਵੀ ਸਰਮੌਰ ਹੈ ਮੈਂ ਨਾ ਆਊਂਗਾ ਤਾਂ ਵੀ ਸਰਮੌਰ ਹੈ ਇਹ ਠੀਕ ਹੈ ਕਿ ਸੰਸਥਾਵਾਂ 'ਤੇ ਬੈਠੇ ਵਿਅਕਤੀ ਜਿਹੜੇ ਆ ਕਈ ਵਾਰੀ ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਆ ਤਾਂ ਤੁਹਾਨੂੰ ਉਹਨਾਂ ਦੀ ਜੇ ਆਲੋਚਨਾ ਵੀ ਕਰਨੀ ਪੈਂਦੀ ਹੈ ਤਾਂ ਇਸ ਢੰਗ ਦੇ ਨਾਲ ਕਰੋ ਕਿ ਸੰਸਥਾ ਦੀ ਛਵੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਕਿਉਂਕਿ ਸਾਡੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਾਨ ਸੰਸਥਾ ਹੈ ਮਹਾਨ ਰਹੇਗੀ ਮਹਾਨ ਰਹਿਣੀ ਹੈ ਔਰ ਅੰਤਲੇ ਸਵਾਸਥਾ ਕਰਾਊਗੀ ਇਹਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਅਸੀਂ ਕੋਈ ਗੱਲ ਨਹੀਂ ਜਿਹੜਾ ਉਹ ਕਰ ਸਕਦੇ ਨਾ ਕੰਮ ਕਰ ਸਕਦੇ ਹਾਂ ਨਾ ਗੱਲ ਕਰ ਸਕਦੇ ਹਾਂ ਹਾਂ ਵਿਅਕਤੀ ਬੈਠੇ ਹੈ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਵਿਅਕਤੀਆਂ ਦੀ ਆਲੋਚਨਾ ਜ਼ਰੂਰ ਹੁੰਦੀ ਹੈ ਹੁਣ ਵੀ ਚਾਹੀਦੀ ਹੈ ਪਰ ਇਸ ਢੰਗ ਨਾਲ ਤੁਹਾਡੇ ਸ਼ਬਦ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਕਿ ਆਲੋਚਨਾ ਕਰਦੇ ਵਕਤ ਜਿਸ ਪਦਵੀ 'ਤੇ ਉਹ ਬੈਠਾ ਹੈ ਉਸ ਪਦਵੀ ਦੀ ਛਵੀ ਨੂੰ ਨੁਕਸਾਨ ਨਹੀਂ ਪਹੁੰਚਣਾ ਦੇਖੋ ਜੀ ਇਹ ਤਾਂ ਸਾਨੂੰ ਸੋਚਣਾ ਚਾਹੀਦਾ ਕਿ ਪ੍ਰਸਥਿਤੀਆਂ ਕਿਉਂ ਹੋ ਗਈਆਂ ਕਿ ਸਰਕਾਰਾਂ ਜਿਹੜੀਆਂ ਸੰਸਥਾਵਾਂ ਦੇ ਉੱਤੇ ਕਬਜ਼ੇ ਕਰਨ ਲੱਗ ਗਈਆਂ ਸਿੰਘ ਸਾਹਿਬ ਇੱਕ ਆਖਰੀ ਕੁਐਸਚਨ ਆ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਨੇ ਸਿੱਖ ਰਹਿਤ ਮਰਿਆਦਾ ਦੇ ਉੱਤੇ ਟਿੱਪਣੀ ਕਰਦਿਆਂ ਕਿਹਾ ਵਾ ਕਿ ਇਹ ਤਾਂ ਇੱਕ ਖਰੜਾ ਆ ਦੇਖੋ ਜੀ ਇੱਕ ਮੈਂਬਰ ਦੇ ਕਹਿਣ ਦੇ ਨਾਲ ਕੋਈ ਜਿਹੜੀ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਉਹ ਧੁੰਦਲੀ ਨਹੀਂ ਹੋ ਜਾਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਰਹਿਤ ਮਰਿਆਦਾ ਨੂੰ ਅਦਾਲਤਾਂ ਦੇ ਵਿੱਚ ਕੋਰਟ ਕਰਦੀ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਰਿਆਦਾ ਨੂੰ ਛਾਪਦੀ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ 100 ਸਾਲ ਤੋਂ ਜਦੋਂ ਤੋਂ ਇਹ ਮਰਿਆਦਾ ਜਿਹੜੀ ਹੈ ਉਹ ਛਪੀ ਹੈ ਬਣੀ ਹੈ
ਉਹ ਇਹਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ ਆ ਇਸ ਕਰਕੇ ਕਿਸੇ ਇੱਕ ਦੇ ਕੰਨ ਨਾ ਕੋਈ ਇਹਦੀ ਛਵੀ ਧੁੰਦਲੀ ਨਹੀਂ ਹੁੰਦੀ ਸਹੀ ਪ੍ਰਸਥਿਤੀਆਂ ਲਈ ਸਿੱਧੇ ਤੌਰ ਤੇ ਤੁਸੀਂ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਇਹਦੀਆਂ ਪ੍ਰਸਥਿਤੀਆਂ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ ਅਸੀਂ ਵੀ ਉਹਦੇ ਤੇ ਬੈਠੇ ਹਾਂ ਸਾਰੇ ਜ਼ਿੰਮੇਵਾਰ ਅੱਜ ਅੱਜ ਮੰਗ ਕੀਤੀ ਜਾ ਰਹੀ ਹੈ ਜੀ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਜਿਸ ਤਰ੍ਹਾਂ ਦੇ ਨਾਲ ਦਖਲਅੰਦਾਜ਼ੀ ਕੀਤੀ ਹੈ ਦਾੜੇ ਸੰਬੰਧੀ ਕੋਈ ਬੇਤੁਕੀ ਬਿਆਨਬਾਜ਼ੀ ਕੀਤੀ ਹੈ ਉਹਨੂੰ ਤਰਕ ਕੀਤਾ ਜਾਣਾ ਚਾਹੀਦਾ ਦੇਖੋ ਮੈਂ ਪਹਿਲਾਂ ਹੀ ਕਹਿ ਦਿੱਤਾ ਹੈਗਾ ਕਿ ਮੈਂ ਪਹਿਲੀ ਗੱਲ ਤਾਂ ਮੈਂ ਸੁਣੀ ਨਹੀਂ ਹੈ ਇਸ ਤਰ੍ਹਾਂ ਦੀ ਕੋਈ ਗੱਲਬਾਤ ਤੇ ਪਰ ਇਹ ਜਿਹੜੀਆਂ ਜਿਹੜੇ ਅੱਜ ਕੱਲ੍ਹ ਨਾ ਰਾਜਨੀਤੀ ਦੇ ਵਿੱਚ ਜਿਹੜੀ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਕਹਿ ਦਈਏ ਮਾੜੀ ਭਾਸ਼ਾ ਦਾ ਇਸਤੇਮਾਲ ਜਿਹੜਾ ਲੀਡਰਾਂ ਵੱਲੋਂ ਕੀਤਾ ਜਾ ਰਿਹਾ ਕਿਸੇ ਇੱਕ ਲੀਡਰ ਵੱਲੋਂ ਨਹੀਂ ਸਾਰਿਆਂ ਲੀਡਰਾਂ ਵੱਲੋਂ ਇਹ ਸਾਡੇ ਵਾਸਤੇ ਬਹੁਤ ਚਿੰਤਾ ਦੀ ਗੱਲ ਹੈ ਅਹੁਦੇ ਅਹੁਦਿਆਂ 'ਤੇ ਬੈਠੇ ਬੰਦੇ ਬੰਦਿਆਂ ਦੀ ਯੋਗਤਾ ਬੰਦਿਆਂ ਦੀ ਉਮਰ ਇਹਦਾ ਲਿਹਾਜ਼ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਸ਼ਬਦ ਜਿਹੜੇ ਹੈ ਐਸੇ ਬੋਲਣੇ ਚਾਹੀਦੇ ਹੈ ਕਿ ਅਹੁਦੇ 'ਤੇ ਬੈਠੇ ਵਿਅਕਤੀ ਪ੍ਰਤੀ ਜਿਹਦੇ ਪ੍ਰਤੀ ਸ਼ਬਦ ਬੋਲਦੇ ਹਾਂ ਉਸ ਅਹੁਦੇ ਦੀ ਤੋਹੀਨ ਨਾ ਹੋਵੇ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਕਿ ਸ਼ਬਦ ਜਿਹੜੇ ਸਾਡੇ ਉਹ ਬਹੁਤੇ ਵਧੀਆ ਨਹੀਂ ਰਹੇਗੇ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੇ ਉਹ ਭਾਰਤ ਦੇ ਵਿੱਚ ਇਕੱਲੇ ਪੰਜਾਬ ਦੀ ਮੈਂ ਗੱਲ ਨਹੀਂ ਕਰਦਾ ਪੂਰੇ ਭਾਰਤ ਦੇ ਵਿੱਚ ਤੁਸੀਂ ਜਿਹੜੀ ਲੈਂਗੁਏਜ ਸੁਣਦੇ ਹੋ ਲੀਡਰਾਂ ਦੀ ਔਰ ਹਲਕੇ ਪੱਧਰ ਦੇ ਉੱਤੇ ਜਾ ਕੇ ਜਿਹੜੀ ਬਿਆਨਬਾਜ਼ੀ ਹੁੰਦੀ ਹੈ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਧਰਤੀ ਮਾਲ ਹੈ ਕਿ 2008 ਨੂੰ ਸੁਪਰੀਮ ਪਾਵਰ ਹੈ ਜਦੋਂ ਤੁਹਾਨੂੰ ਨਿਯੁਕਤ ਕੀਤਾ ਸੀ ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਤੁਹਾਡੇ ਖਿਲਾਫ ਦਾ ਪ੍ਰਚਾਰ ਕੀਤਾ ਸੀ ਹੁਣ ਸਿੰਘ ਸਾਹਿਬ ਗਨੀ ਰਣਵੀਰ ਸਿੰਘ ਹੁਣੀ ਆ ਗਏ ਨੇ ਜਿਹੜੇ ਤੁਹਾਡੇ ਖਿਲਾਫ ਸੀ ਉਹ ਅੱਜ ਤੁਹਾਡੇ ਅੱਗੇ ਚ ਭੁਗਤ ਰਹੇ ਨੇ ਉਹਨਾਂ ਦੇ ਖਿਲਾਫ ਭੁਗਤ ਰਹੇ ਨੇ ਮੈਂ ਸਮਝਦਾ ਮਾਹੌਲ ਲਈ ਤੁਸੀਂ ਕੀ ਮੰਨਦੇ ਹੋ ਕਿ ਮੈਂ ਇਹ ਸਮਝਦਾ ਕਿ ਸੋਸ਼ਲ ਮੀਡੀਆ ਤੇ ਉਸਤਤ ਜਾਂ ਸੋਸ਼ਲ ਮੀਡੀਆ ਤੇ ਨਿੰਦਾ ਇਹ ਸਾਰਾ ਜੀ ਬੇਕਾਰ ਦੀਆਂ ਚੀਜ਼ਾਂ ਨੇ ਫੇਕ ਵਰਲਡ ਹੈ ਇਹ ਨਾ ਇਹਦੀ ਉਸਤਤ ਤੇ ਬਹੁਤੀ ਖੁਸ਼ ਹੋਣ ਦੀ ਲੋੜ ਹੈ ਨਾ ਇਹਦੇ ਸੋਸ਼ਲ ਮੀਡੀਆ ਤੇ ਨਿੰਦਾ ਨਾ ਦੁਖੀ ਹੋਣ ਦੀ ਲੋੜ ਹੈ ਮਾੜਾ ਵਰਤਾਰਾ ਹੈ 31 ਮਾਰਚ 2000 ਨੂੰ ਜਥੇਦਾਰ ਅਕਾਲ ਤਖਤ ਗਿਆਨੀ ਜਗਿੰਦਰ ਸਿੰਘ ਵਿਦਾਂਤੀ ਨੇ ਸ਼੍ਰੋਮਣੀ ਕਮੇਟੀ ਵਿੱਚ ਚਿੱਠੀ ਲਿਖੀ ਸੀ ਕਿ ਤਖਤਾਂ ਦੇ ਜਥੇਦਾਰ ਦੀ ਨਿਯੁਕਤੀ ਸੇਵਾ ਮੁਕਤੀ ਕਾਰਜ ਖੇਤਰ ਅਧਿਕਾਰ ਖੇਤਰ ਤੈਅ ਕੀਤਾ ਜਾਵੇ ਅੱਜ 23 ਸਾਲ ਬੀਤ ਗਏ ਨੇ ਉਹ ਅਸੀਂ ਵੀ ਦੋ ਵਾਰ ਰਿਮਾਈਂਡਰ ਭੇਜਿਆ ਜੀ ਉਸ ਤੋਂ ਇਲਾਵਾ ਪਿਛਲੇ ਦਿਨਾਂ 'ਚ ਧਾਮੀ ਸਾਹਿਬ ਨੇ ਵੀ ਕਿਹਾ ਸੀ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਤੇ ਸੇਵਾ ਮੁਕਤੀ ਨੂੰ ਸਿਸਟਮ ਵਿੱਚ ਲਿਆਉਣ ਵਾਸਤੇ ਇੱਕ ਸਬ ਕਮੇਟੀ ਦਾ ਗਠਨ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਹੀ ਜਥੇਦਾਰ ਦੀ ਜਿਹੜੀ ਹੈਗੀ ਆ ਮੁਕਤੀ ਹੋ ਸੇਵਾ ਮੁਕਤੀ ਹੋ ਜਾਂਦੀ ਹੈ ਤੇ ਨਵੇਂ ਜਥੇਦਾਰ ਦੀ ਨਿਯੁਕਤੀ ਅਸੀਂ ਵੀ ਦੋ ਵਾਰ ਰਿਮਾਈਂਡਰ ਸ਼੍ਰੋਮਣੀ ਕਮੇਟੀ ਨੂੰ ਭੇਜਿਆ ਸੇਵਾ ਮੁਕਤੀ ਦੇ ਔਰ ਸੇਵਾ ਨਿਯੁਕਤੀ ਦੇ ਨਿਯਮ ਜਿਹੜੇ ਆ ਉਹ ਬਣਨੇ ਚਾਹੀਦੇ ਆ ਔਰ ਪੰਥ ਵੀ ਮੰਗ ਕਰਦਾ ਸੀ ਮੈਂ ਇੱਕ ਸਵਾਲ ਦਾ ਜਵਾਬ ਬਾਰ ਬਾਰ ਮੈਂ ਦੇ ਦਿੱਤਾ ਜੀ ਇਹਦਾ ਹੋਰ ਕੋਈ ਸਵਾਲ ਕਰੋ ਨਵਾਂ ਸਵਾਲ ਕਰੋ ਹਾਂ ਚਲੋ ਹੋਰ ਸਵਾਲ ਕਰੋ ਜੀ ਕੋਈ ਬਸ ਜੀ ਹੋਰ ਕੋਈ ਪੁੱਛਣਾ ਪੁੱਛ ਲਓ ਰਾਜਨੀਤੀ ਭਾਰੀ ਨਹੀਂ ਹੋਣੀ ਚਾਹੀਦੀ ਧਰਮ ਭਾਰਾ ਹੋਣਾ ਚਾਹੀਦਾ ਧਰਮ ਭਾਰਾ ਹੋਣਾ ਚਾਹੀਦਾ ਧਰਮ ਭਾਰੂ ਹੋਣਾ ਚਾਹੀਦਾ ਰਾਜਨੀਤੀ ਭਾਰੂ ਨਹੀਂ ਹੋਣੀ ਚਾਹੀਦੀ ਮੈਂ ਪਹਿਲਾਂ ਕਹਿ ਦਿੱਤਾ ਕਿ ਮੈਂ ਕਿਹਾ ਸੀ ਕਿ ਜਦੋਂ ਮੈਂ ਮੇਰੇ ਤੇ ਡਿੱਗਣ ਲੱਗੀ ਮੈਂ ਘਰ ਚੱਲ ਜਾਊਂਗਾ ਮੈਂ ਚਲਾ ਗਿਆ ਘਰ ਹੁਣ ਮੈਂ ਬਹੁਤ ਸਕੂਨ ਨਾਲ ਸੌਂ ਰਿਹਾ ਔਰ ਆਪਦਾ ਸਿਮਰਨ ਭਜਨ ਨਿਤਨੇਮ ਜਿਹੜਾ ਕਿ ਜਿੰਨਾ ਹੋਣਾ ਚਾਹੀਦਾ ਸੀ ਇਸ ਪੋਸਟ ਤੇ ਬੈਠਿਆ ਲੇਕਿਨ ਹੋ ਨਹੀਂ ਸੀ ਪਾ ਰਿਹਾ ਉਹ ਹੁਣ ਮੈਂ ਕਰ ਰਿਹਾ ਰਿਲੈਕਸ ਫੀਲ ਕਰ ਔਰ ਮੈਂ ਸਿੰਘ ਸਾਹਿਬ ਕਹਿੰਦੇ ਰਘਵੀਰ ਸਿੰਘ ਜੀ ਦੇ ਹਮੇਸ਼ਾ ਨਾਲ ਰਹੂੰਗਾ ਜੀ ਮੈਂ ਉਹ ਮੇਰੇ ਮਿੱਤਰ ਨੇ ਮੈਂ ਸਾਥ ਪੂਰਾ ਸਹਿਯੋਗ ਰਹੂੰਗਾ ਹੱਦਾਂ ਤੋਂ ਪਰੇ ਜਾ ਕੇ ਸਹਿਯੋਗ ਰਹੂੰਗਾ ਜੀ ਆਪਦੀ ਲਿਮਿਟੇਸ਼ਨ ਤੋਂ ਪਰੇ ਜਾ ਕੇ ਸਹਿਯੋਗ ਰਹੂੰਗਾ ਹੋਰ ਜੀ ਕੋਈ ਪੁੱਛਣਾ ਮੈਂ ਦੱਸਦਾ ਜੀ ਮੈਂ ਵਧੀਆ ਜੀ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇੱਜ਼ਤ ਨਾਲ ਜਾ ਰਹੇ ਚਲੋ ਬਹਿ ਜਾਓ ਨਹੀਂ ਮੈਨੂੰ ਇਹਦੇ ਬਾਰੇ ਪਤਾ ਨਹੀਂ ਜੀ ਮੈਂ ਕਿਸੇ ਨੇ ਮੈਂ ਨਹੀਂ ਕਹਿ ਸਕਦਾ ਕਿ ਪਹਿਲੇ ਬੇਇੱਜ਼ਤ ਹੋ ਕੇ ਗਏ ਆ ਮੈਂ ਇਹ ਸ਼ਬਦ ਨਹੀਂ ਬੋਲ ਸਕਦਾ ਕਿਉਂਕਿ ਮੈਂ ਆਹੋ ਸਿੰਘ ਸਾਹਿਬ ਕਿਉਂ ਡਰਦੇ ਹੋ ਦੁਨੀਆ ਖਤਮ ਕਰ ਦੇ ਦਿੱਲੀ ਨਾਲ ਤਾਂ ਸਾਡੀ ਜਾ ਰਹੀ ਹੈ ਦੇਖੋ ਪੰਥ ਦਾ ਨੁਕਸਾਨ ਸੰਸਥਾਵਾਂ ਦਾ ਨੁਕਸਾਨ ਕਿਸੇ ਨਾਲ ਸਹਿਜਾਰ ਹੋਣਾ ਨਾ ਹੋਣਾ ਇਹ ਵੱਖਰਾ ਵਿਸ਼ਾ ਜੀ ਲੇਕਿਨ ਪੰਥ ਦਾ ਨੁਕਸਾਨ ਸੰਸਥਾਵਾਂ ਦਾ ਨੁਕਸਾਨ ਕੌਮ ਦਾ ਨੁਕਸਾਨ ਇਹ ਕਦੇ ਸੁਪਨੇ 'ਚ ਨਹੀਂ ਸੋਚ ਸਕਦੀ ਜੇ ਕੋਈ ਕਰੂਗਾ ਡੱਟ ਕੇ ਪਹਿਰੇਦਾਰੀ ਕਰਾ ਭਾਵੇਂ ਜਿਹਦੇ ਨਾਲ ਜਾ ਰਹੀ ਹੈ ਜਾਂ ਨਹੀਂ ਹੈ ਔਰ ਕੀਤੀ ਹੈ ਜੀ ਕੋਈ ਨਿੱਜੀ ਕੰਮ ਨਹੀਂ ਲਿਆ ਜੀ ਕੋਈ ਨਿੱਜੀ ਕੋਈ ਇੱਕ ਰੁਪਈਏ ਦਾ ਕੰਮ ਨਹੀਂ ਲਿਆ ਜਦੋਂ ਗੱਲ ਕੀਤੀ ਹੈ ਠੋਕੇ ਕੀਤੀ ਹੈ ਸੰਸਥਾ ਦੀ ਕੀਤੀ ਹੈ ਪੰਥ ਦੀ ਕੀਤੀ ਹੈ ਔਰ ਪੰਥਕ ਸੋਚ ਦੀ ਕੀਤੀ ਹੈ ਜੀ
और ये होए रहेगी जी। ठीक है, बैठो जी।